ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਟੂਡੀਓ ਦੇ ਵਿੱਚ, ਔਰ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਹਾਜ਼ਰ ਨੇ। ਸੋ ਪੁਨੀਤ ਖੰਨਾ ਜੀ ਨਾਲ ਅੱਜ ਜੁੜੇ ਹਾਂ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ, ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ, ਔਰ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਗੱਲਾਂ ਬਾਤਾਂ ਕਰਨ ਲਈ। ਤੁਸੀਂ 12ਵੀਂ ਪਾਸ ਕੀਤੀ ਹੈ, ਤੁਸੀਂ ਗ੍ਰੈਜੂਏਟ ਹੋ, ਯੂਕੇ ਜਾਣਾ ਚਾਹੁੰਦੇ ਸੀ, ਤੁਹਾਡੇ ਨੰਬਰ ਘੱਟ ਆ, ਤੁਸੀਂ ਆਈਲੈਟਸ ਨਹੀਂ ਕੀਤੀ, ਕੰਸਲਟੈਂਟ ਕਹਿ ਰਿਹਾ ਤੁਹਾਡਾ ਯੂਕੇ ਦਾ ਵੀਜ਼ਾ ਨਹੀਂ ਲੱਗ ਸਕਦਾ, ਅੱਜ ਦਾ ਸ਼ੋਅ ਤੁਹਾਡੇ ਲਈ ਖਾਸ ਹੋਵੇਗਾ। ਤੁਹਾਡੇ 6 ਬੈਂਡ ਆ, ਇੱਕ ਮੋਡਿਊਲ 'ਚੋਂ 5.5 ਬੈਂਡ ਆ, ਤੁਸੀਂ ਕਿਊਬੈਕ ਜਾਣਾ ਚਾਹੁੰਦੇ ਸੀ, ਮੌਂਟਰੀਅਲ ਜਾਣਾ ਚਾਹੁੰਦੇ ਸੀ, ਕਨੇਡਾ ਜਾਣਾ ਚਾਹੁੰਦੇ ਸੀ, ਰਿਫਿਊਜ਼ ਹੋ ਗਏ ਹੋ, ਜਾਂ ਜਿਹੜੇ 10 ਕਾਲਜਾਂ ਦੀ ਸੂਚੀ ਜਿਨ੍ਹਾਂ ਦੀ CAQ ਸਸਪੈਂਡ ਹੋਈ ਆ, ਉਹਨਾਂ ਦੀ ਲਿਸਟ ਦੇ ਵਿੱਚ ਤੁਹਾਡੇ ਕਾਲਜ ਦਾ ਨਾਮ ਆ ਚੁੱਕਾ ਹੈ, ਤੁਹਾਡੀ ਫੀਸ ਉੱਥੇ ਫਸ ਚੁੱਕੀ ਹੈ, ਤੁਸੀਂ ਦੂਜੇ ਕਾਲਜ ਕਿਸੇ 'ਚ ਅਪਲਾਈ ਕਰਨਾ ਚਾਹੁੰਦੇ ਹੋ, ਪੈਸੇ ਏਜੰਟ ਵਾਪਸ ਨਹੀਂ ਕਰਵਾ ਰਿਹਾ, ਪੈਸੇ ਕਿਵੇਂ ਵਾਪਸ ਹੋਣਗੇ, ਉਸ ਬਾਰੇ ਅੱਜ ਚਰਚਾ ਕਰਾਂਗੇ। ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, 5.5 ਬੈਂਡ 'ਤੇ ਕਿਵੇਂ 12ਵੀਂ ਪਾਸ ਬੱਚਾ ਆਸਟ੍ਰੇਲੀਆ ਜਾ ਸਕਦਾ ਹੈ, ਅੱਜ ਉਸ ਬਾਰੇ ਵੀ ਚਰਚਾ ਕਰਾਂਗੇ, ਜੋ ਅਗਲੇ ਵੀ 25 ਮਿੰਟ ਅਹਿਮ ਹੋਣਗੇ। ਸ਼ੋਅ ਦੇ ਦੌਰਾਨ ਕੋਈ ਸਵਾਲ, ਕੋਈ ਕਾਲ ਲਾਈਵ ਪੁੱਛਣਾ ਚਾਹੁੰਦੇ ਹੋ, ਸਿੱਧੇ ਤੌਰ 'ਤੇ ਕਰਨਾ ਚਾਹੁੰਦੇ ਹੋ, 92-161-92-167 ਨੰਬਰ 'ਤੇ ਕਾਲ ਕਰ ਸਕਦੇ ਹੋ, 92-161-92-167 92-161-92-167 ਖੰਨਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਯੂਕੇ, ਕਨੇਡਾ ਅਤੇ ਆਸਟ੍ਰੇਲੀਆ ਤਿੰਨੇ ਹੀ ਟੌਪ ਕੰਟਰੀਜ਼ ਆ ਜੀ, ਪਰ ਜਿਹੜੀ ਤੁਸੀਂ ਰਿਕੁਆਇਰਮੈਂਟ ਮੈਨੂੰ ਲਿਖਾਤੀਆਂ ਉਹ ਤਾਂ ਬਹੁਤ ਹੇਠਲੀਆਂ ਰਿਕੁਆਇਰਮੈਂਟ ਲਿਖਾਤੀਆਂ। ਤੁਸੀਂ ਕਹਿਤਾ ਜੀ ਯੂਕੇ ਜਾਣਾ ਹੈ ਅਤੇ ਬੱਚੇ ਵਾਇਲੈਟਸ ਨਹੀਂ ਹੈਗੀ ਤਾਂ ਵੀ ਭੇਜ ਦੋਗੇ ਜੀ, ਜੇ ਕਨੇਡਾ ਜਾਣਾ ਹੈ ਅਤੇ 1-5 ਬੈਂਡ ਆ ਜਿਹਦੀ ਫੀਸ ਫਸ ਗਈ ਉਹਨੂੰ ਵੀ ਭੇਜ ਦੋਗੇ, ਅਤੇ ਆਸਟ੍ਰੇਲੀਆ ਜਿਹਦਾ 5.5 ਬੈਂਡ ਉਹਨੂੰ ਵੀ ਭੇਜ ਦੋਗੇ। ਸੋ ਯੂਕੇ ਤੋਂ ਸ਼ੁਰੂ ਕਰ ਲੈਂਦੇ ਹਾਂ, ਯੂਕੇ ਲਈ ਕੀ ਆਪਸ਼ਨਸ ਨੇ ਅੱਗੇ, ਵੀਜ਼ੇ ਤਾਂ ਪਿਛਲੇ 20-25 ਦਿਨ ਦੀ ਗੱਲ ਕਰੀਏ ਤਾਂ ਕਾਫੀ ਧੜਾ ਆਉਣੇ ਸ਼ੁਰੂ ਹੋ ਗਏ ਯੂਕੇ ਦੇ, ਪਹਿਲਾਂ ਰਿਫਿਊਜ਼ਲ ਬਹੁਤ ਸੀ ਪਰ ਹੁਣ ਮੈਂ ਪਿਛਲੇ 20-25 ਦਿਨ 'ਚ ਕੋਈ ਰਿਫਿਊਜ਼ਲ ਸੁਣੀ ਨਹੀਂ ਯੂਕੇ ਦੀ। ਦੇਖੋ ਯੂਕੇ ਨੇ ਜਦੋਂ ਖੋਲਿਆ ਸਾਰਾ ਸਿਸਟਮ ਚੇਂਜ ਕੀਤਾ, ਦੁਬਾਰਾ ਟੀਅਰ 4 ਦੇ ਵਿੱਚ ਵੀਜ਼ੇ ਦੇਣੇ ਸ਼ੁਰੂ ਕੀਤੇ, ਪੋਸਟ ਸਟੱਡੀ ਵਰਕ ਵੀਜ਼ਾ ਵੀ ਅਨਾਊਂਸ ਕਰਤਾ, ਧੜਾਧੜ ਐਪਲੀਕੇਸ਼ਨਸ ਪਾਈਆਂ। ਸ਼ਾਇਦ ਸਾਰੇ ਕੋਵਿਡ ਪੀਰੀਅਡ ਦੇ ਦੌਰਾਨ ਜਿਹੜੀ ਇੱਕ ਕੰਟਰੀ ਨੇ ਆਪਣਾ ਬਾਰਡਰ ਖੁੱਲ੍ਹੇ ਰੱਖੇ ਔਰ ਸਟੂਡੈਂਟਸ ਨੂੰ ਬੁਲਾਇਆ ਔਰ ਉੱਥੇ ਬਿਠਾ ਕੇ ਕੈਂਪਸਿਸ ਦੇ ਵਿੱਚ ਪੜ੍ਹਾਇਆ ਜਾਂ ਉੱਥੇ ਬੁਲਾ ਕੇ ਔਨਲਾਈਨ ਪੜ੍ਹਾਇਆ, ਉਹ ਇਕੱਲੀ ਕੰਟਰੀ ਯੂਕੇ ਸੀਗੀ। ਬਟ ਉਹੀ ਗੱਲ ਹੈ ਕਿ ਆਪਣੇ ਲੋਕ ਜਿਹੜਾ ਕਹਿੰਦੇ ਆ ਨਾ ਕਿ ਸਿਸਟਮ ਨੂੰ ਇਸ ਲੈਵਲ ਤੱਕ ਲੈ ਜਾਂਦੇ ਆ ਕਿ ਲੈ ਬਈ ਬਸ ਹੁਣ ਮੁੱਕਣਾ ਹੀ ਨਹੀਂ ਕਦੀ, ਜਿਵੇਂ ਅਗਲਾ ਦਿਨ ਚੜ੍ਹਨਾ ਹੀ ਨਹੀਂ, ਅੱਜ ਹੀ ਹਰ ਬੰਦੇ ਦੀ ਐਪਲੀਕੇਸ਼ਨ ਪਾ ਦੇਵਾਂ, ਚਾਹੇ 2 ਬੈਂਡ ਆ, ਚਾਹੇ 3 ਬੈਂਡ ਆ, ਚਾਹੇ 4 ਬੈਂਡ ਆ, ਇਸ ਲੈਵਲ ਤੱਕ ਲੋਕੀ ਚੱਲ ਜਾਂਦੇ। ਇਸ ਕਰਕੇ ਇੰਟਰਵਿਊ ਸ਼ੁਰੂ ਹੋ ਗਈਆਂ, ਬਹੁਤ ਵੱਡੇ ਲੈਵਲ ਤੇ ਰਿਫਿਊਜ਼ਲਸ ਆਈਆਂ, ਇੰਟਰਵਿਊ ਪ੍ਰੈਪਰੇਸ਼ਨ ਕਰਾਉਣ ਦਾ ਤਾਂ ਮਾਦਾ ਸੀਗਾ ਹੀ ਨਹੀਂ ਕੰਸਲਟੈਂਟ ਦੇ ਕੋਲ। ਸੋ ਉਹਦੇ ਕਰਕੇ ਫਿਰ ਹੌਲੀ ਹੌਲੀ ਫਿਰ ਸਾਰੇ ਸਲੋ ਹੋ ਗਏ। ਹੁਣ ਜਦੋਂ ਅੰਬੈਸੀ ਨੇ ਦੇਖਿਆ ਕਿ ਨਹੀਂ ਜੀ ਚੰਗੀ ਐਪਲੀਕੇਸ਼ਨ ਨਹੀਂ ਰਹਿ ਗਈ ਹੈ, ਸਿਰਫ ਅੰਬੈਸੀ ਦੇ ਵਿੱਚ ਚੰਗੀਆਂ ਯੂਨੀਵਰਸਿਟੀਆਂ 'ਚ ਹੀ ਬੱਚਾ ਐਡਮਿਸ਼ਨ ਲੈ ਰਿਹਾ, ਤਾਂ ਦੁਬਾਰਾ ਫਿਰ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਪਿਛਲੇ ਕਾਫੀ ਦੇਰ ਤੋਂ ਬੜਾ ਚੰਗਾ ਆ ਰਿਹਾ। ਜੇ ਰੀਸੈਂਟ ਦੀ ਗੱਲ ਕਰਾਂ, ਇਸ ਸਾਲ ਦੀ ਗੱਲ ਕਰਾਂ, ਤਾਂ 8-10 ਵੀਜ਼ੇ ਆਲਰੇਡੀ ਜਿਹੜੇ ਹੈਗੇ ਆ ਯੂਕੇ ਦੇ ਗ੍ਰਾਂਟ ਹੋ ਗਏ ਨੇ। ਸੋ ਕੋਈ ਵੀ ਸਟੂਡੈਂਟ ਅੱਜ ਵੀ ਬਿਨਾਂ ਆਇਲਟਸ ਦੇ, ਲੋਕੀ ਕਹਿੰਦੇ ਨਾ ਨਹੀਂ 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 ਆਇਲਟਸ ਤਾਂ ਹੁਣ ਜ਼ਰੂਰੀ ਹੋ ਗਈ, ਅੱਜ ਵੀ ਬਿਨਾਂ ਆਇਲਟਸ ਦੇ ਤੁਸੀਂ 12ਵੀਂ ਕੀਤੀ ਹੋਈ ਹੈ, ਆਇਲਟਸ ਨਹੀਂ ਕੀਤੀ ਤੁਸੀਂ ਤਾਂ ਵੀ ਯੂਕੇ ਅੱਜ ਦੀ ਡੇਟ 'ਚ ਵੀ ਜਾ ਸਕਦੇ ਹੋ। ਨੰਬਰ ਨਹੀਂ ਮੈਟਰ ਕਰਦੇ 12ਵੀਂ ਕੀਤੀ, ਦੇਖੋ ਕਿਤੇ ਨਾ ਕਿਤੇ ਨੰਬਰ ਮੈਟਰ ਕਰਦੇ, ਗੱਲ ਹੋਈ ਨੰਬਰ ਹਰ ਯੂਨੀਵਰਸਿਟੀ ਦੇ ਵੱਖਰੇ ਆ। ਕੋਈ ਕਹਿੰਦੀ ਮੈਨੂੰ 60% ਨੰਬਰ ਇੰਗਲਿਸ਼ ਦੇ ਦਿਓ, ਕੋਈ 70 ਦੇ ਦਿਓ, ਕੋਈ ਆਇਲਟਸ 4.5 ਬੈਂਡ ਵਾਲੀਆਂ ਯੂਨੀਵਰਸਿਟੀਆਂ ਵੀ ਕਿ 4.5 ਬੈਂਡ ਦੇ ਦਿਓ ਮੈਨੂੰ, ਕਿੱਡਾ ਕੁ ਔਖਾ ਤੁਹਾਡੇ ਲਈ ਉਹ 4.5 ਬੈਂਡ ਲੈਣਾ, ਜਾਂ ਜੇ ਤੁਹਾਡੇ 60-70% ਨੰਬਰ ਇੰਗਲਿਸ਼ 'ਚ ਨਹੀਂ ਹੈਗੇ। ਸੋ ਦੁਬਾਰਾ ਦੱਸ ਰਿਹਾ, ਉਹ ਕੰਟਰੀ ਜਿਹਨੇ ਹਮੇਸ਼ਾ ਬਾਰਡਰ ਖੁੱਲ੍ਹੇ ਰੱਖੇ, ਕੋਵਿਡ ਦੇ ਦੌਰਾਨ ਵੀ ਅੱਜ ਫਿਰ ਉਹਦੇ ਬਾਰਡਰ ਖੁੱਲ੍ਹੇ ਨੇ, ਲੋਕੀ ਕਹਿੰਦੇ ਲੋਕਡਾਊਨ ਹੋ ਗਿਆ, 4 ਦਿਨਾਂ ਲਈ ਫਲਾਈਟਾਂ ਬੰਦ ਹੋਈਆਂ ਯੂਕੇ ਦੀਆਂ, ਦੁਬਾਰਾ ਫਿਰ 8 ਤਰੀਕ ਤੋਂ ਫਲਾਈਟਾਂ ਚਾਲੂ ਹੋ ਗਈਆਂ ਕਿ ਹਫ਼ਤੇ ਦੀਆਂ 2 ਫਲਾਈਟਾਂ ਚੱਲਿਆ ਕਰੂਗੀਆਂ, ਦਿੱਲੀਓ 2, ਅੰਮ੍ਰਿਤਸਰੋਂ 2, ਬੰਬੇ ਤੋਂ। ਸੋ ਹੋਰ ਕਿੰਨੀਆਂ ਫਲਾਈਟਾਂ ਚਾਹੀਦੀਆਂ ਤੁਹਾਨੂੰ? ਅਲਟੀਮੇਟਲੀ ਅੱਜ ਜਿਹੜੀ ਕੰਟਰੀ ਆਸਟ੍ਰੇਲੀਆ ਨੇ ਆਪਣੇ ਬਾਰਡਰ ਨਹੀਂ ਖੋਲ੍ਹੇ, ਕੈਨੇਡਾ ਬਹੁਤ ਲਿਮਿਟਿਡ ਸਪਲਾਈ ਦੇ ਵਿੱਚ ਸਟੂਡੈਂਟ ਜਾਂਦਾ ਪਿਆ, ਸੋ ਪੋਸਟ ਸਟੱਡੀ ਵਰਕ ਵੀਜ਼ਾ ਮਿਲਣ ਲੱਗ ਗਿਆ, ਅੱਗੇ ਜਾ ਕੇ PR ਦਾ ਪਾਥਵੇ ਪ੍ਰੋਗਰਾਮ ਵੀ ਬਣ ਗਿਆ। ਸੋ ਇੱਕ ਬਲੈਸਿੰਗ ਬਣ ਕੇ ਯੂਕੇ ਆਇਆ, ਔਰ ਤੁਸੀਂ ਬਿਨਾਂ ਆਇਲਟਸ ਦੇ ਕਿਸੇ ਚੰਗੀ ਕੰਟਰੀ ਜਾ ਸਕਦੇ ਹੋ, ਸਿੰਗਾਪੁਰ ਸਾਈਪਰਸ ਨੂੰ ਛੱਡ ਕੇ ਉਹ ਚੰਗੀ ਕੰਟਰੀ ਤੁਹਾਡਾ ਇੰਤਜ਼ਾਰ ਕਰਦੀ, ਦੈਟ ਇਜ਼ ਯੂਕੇ। ਸੋ ਯੂਕੇ ਦੇ ਵਿੱਚ ਇੱਕ 12ਵੀਂ ਪਾਸ ਬੱਚਾ ਹੈ, ਤੁਸੀਂ ਕਹਿੰਦੇ ਕਿ ਬਿਨਾਂ ਆਇਲਟਸ ਤੁਸੀਂ 12ਵੀਂ ਪਾਸ ਬੱਚੇ ਨੂੰ ਭੇਜ ਸਕਦੇ ਹੋ ਜੀ, ਨੰਬਰ ਮੈਟਰ ਕਰਦੇ ਆ ਕਿ ਯੂਨੀਵਰਸਿਟੀ ਕਿੰਨੇ ਨੰਬਰ ਮੰਗਦੀ ਹੈ। ਇੱਕ ਸਵਾਲ ਪੁੱਛਣਾ ਚਾਹੂੰਗਾ, ਆਪਾਂ ਇੱਕ ਪਾਰਟੀਕੁਲਰ ਮਿਨੀਮਮ ਬੈਂਚ ਮਾਰਕ ਦੀ ਗੱਲ ਕਰ ਲਈਏ, ਇੱਕ 12ਵੀਂ ਪਾਸ ਬੱਚਾ ਉਹਨੇ ਆਈਲੈਟਸ ਨਹੀਂ ਕੀਤੀ, ਘੱਟੋ ਘੱਟ ਕਿੰਨੇ ਨੰਬਰ ਹੋਣ, ਘੱਟੋ ਘੱਟ ਅੰਗਰੇਜ਼ੀ 'ਚੋਂ ਕਿੰਨੇ ਨੰਬਰ ਹੋਣ ਜਿੱਥੇ ਤੁਸੀਂ ਐਡਮਿਸ਼ਨ ਕਰਾ ਦੋਗੇ? ਦੇਖੋ ਇੱਦਾਂ ਤਾਂ ਫਿਰ ਟੋਟਲ ਓਵਰਆਲ ਜੇ ਬੱਚੇ ਦੇ 50% ਨੰਬਰ ਹੈਗੇ ਆ, ਅੰਗਰੇਜ਼ੀ 'ਚ ਵੀ 50% ਨੰਬਰ ਹੈਗੇ, ਦਾਖਲਾ ਉਹਦਾ ਵੀ ਹੋ ਜੂਗਾ। ਮੈਂ ਉਹ ਬੱਚੇ ਨੂੰ ਇਨਵਾਈਟ ਕਰਨਾ ਚਾਹੁੰਦਾ ਜਿਹਦਾ ਅਲਟੀਮੇਟਲੀ ਵੀਜ਼ਾ ਤਾਂ ਲੱਗੇ ਹੀ ਲੱਗੇ, ਉੱਥੇ ਜਾ ਕੇ ਪੜ੍ਹਾਈ ਵੀ ਚੱਜ ਨਾਲ ਕਰ ਸਕੋ। ਮੈਨੂੰ ਕਿ ਮੈਂ ਤਾਂ 33% ਵਾਲੇ ਦੀ ਵੀ ਐਪਲੀਕੇਸ਼ਨ ਲਾ ਦਾਂਗਾ ਔਰ 33% ਵਾਲੇ ਨੂੰ ਵੀਜ਼ਾ ਵੀ ਲੈ ਦਾਂਗਾ, ਪਰ ਤੁਸੀਂ ਪੜ੍ਹੋਗੇ ਕਿੱਦਾਂ ਉੱਥੇ ਜਾ ਕੇ, ਉਸ ਪੜ੍ਹਾਈ ਦੇ ਨਾਲ ਕੋਪ ਅਪ ਕਿੱਦਾਂ ਕਰੋਗੇ? ਪਰ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ, ਬਿਨਾਂ ਆਈਲੈਟਸ ਤੋਂ
ਜੀ 33% ਨੰਬਰ ਵਾਲੇ ਨੂੰ ਵੀਜ਼ਾ ਲੈ ਦੋਗੇ ਜੀ 33% ਨੰਬਰ ਵਾਲੇ ਨੂੰ 40% ਨੰਬਰ ਵਾਲੇ ਨੂੰ 45 ਵਾਲੇ ਨੂੰ 50 ਵਾਲੇ ਨੂੰ ਬਿਨਾਂ ਆਇਲਟਸ ਤੋਂ ਬਿਨਾਂ ਆਇਲਟਸ ਦੇ ਇਹਨਾਂ ਸਟੂਡੈਂਟਸ ਦਾ ਅੱਜ ਵੀ ਯੂਕੇ ਦਾ ਵੀਜ਼ਾ ਲੱਗਦਾ ਕਿਉਂਕਿ ਇਕੱਲੀ ਕੰਟਰੀ ਹੈ ਜਿਹੜੀ ਕਹਿੰਦੀ ਹੈ ਮੈਨੂੰ ਆਇਲਟਸ ਨਹੀਂ ਚਾਹੀਦਾ ਅੰਬੈਸੀ ਨੇ ਇੰਟਰਵਿਊ ਕਰਕੇ ਦੇਖ ਲਈ ਕਿਤੇ ਯੂਨੀਵਰਸਿਟੀ ਇੰਟਰਵਿਊ ਕਰ ਲੈਂਦੀ ਹੈ ਬਟ ਇਹ ਮੇਰੀ ਸੁਜੈਸ਼ਨ ਹੈ ਤੁਸੀਂ ਕਹਿੰਦੇ ਮੈਂ 40% ਤੇ ਜਾਣਾ ਕੋਈ ਗੱਲ ਨਹੀਂ ਮੇਰੇ ਵੱਲੋਂ 40% ਤੇ ਚਲ ਜਾਓ ਬਟ ਜੇ ਤੁਹਾਨੂੰ ਇੰਗਲਿਸ਼ ਦਾ ਲੈਵਲ ਤੁਹਾਡਾ ਨਹੀਂ ਹੈਗਾ ਜੇ ਤੁਸੀਂ ਉੱਥੇ ਜਾ ਕੇ ਨਹੀਂ ਪੜ੍ਹ ਪਾਓਗੇ ਫਿਰ ਇਹ ਸਟੈਪ ਸੋਚ ਸਮਝ ਕੇ ਲਿਓ ਉੱਥੇ ਜਾ ਕੇ ਫਿਰ ਪੜ੍ਹਾਈ ਬਹੁਤ ਔਖੀ ਹੋ ਜਾਂਦੀ ਪਰ ਜਦੋਂ ਯੂਨੀਵਰਸਿਟੀ ਕੋਈ ਨਾ ਕੋਈ ਇੰਟਰਵਿਊ ਲੈ ਲੈਂਦੀ ਹੈ ਚਾਹੇ ਉਹ ਕੈਸ ਤੋਂ ਪਹਿਲਾਂ ਲੈ ਲੈਂਦੀ ਹੈ ਚਾਹੇ ਉਹ ਆਪਣੀ ਐਡਮਿਸ਼ਨ ਤੋਂ ਪਹਿਲਾਂ ਲੈ ਲੈਂਦੀ ਹੈ ਕੋਈ ਤੁਹਾਡੀ ਟੀਮ ਤਿਆਰੀ ਤਾਂ ਕਰਾਉਂਦੀ ਹੋਊਗੀ ਨਾ ਉਹਦੀ ਬਿਲਕੁਲ ਰੈਗੂਲਰਲੀ ਜਿਸ ਦਿਨ ਤੋਂ ਕੇਸ ਬੁੱਕ ਹੋ ਜਾਂਦਾ ਬੱਚਾ ਆਪਣੇ ਕਾਗਜ਼ ਦੇ ਦਿੰਦਾ ਉਸ ਦਿਨ ਤੋਂ ਉਹਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ ਕਿਹੜੇ ਕੋਰਸ ਕਿਉਂ ਯੂਕੇ ਕਿਉਂ ਇਸ ਕੋਰਸ ਦੇ ਵਿੱਚ ਇਸ ਤੋਂ ਬਾਅਦ ਕੀ ਕਰਨਾ ਸੋ ਜਿੰਨੇ ਸਾਰਾ ਕੁਐਸਚਨਨੇਅਰ ਹੈਗਾ ਉਹ ਸਟੂਡੈਂਟ ਨੂੰ ਪਹਿਲੇ ਦਿਨ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਦੀ ਤਿਆਰੀ ਰੈਗੂਲਰਲੀ ਟੈਲੀਫੋਨਿਕ ਇੰਟਰਵਿਊ ਦੇ ਰਾਹੀਂ ਉਹਦੀ ਤਿਆਰੀ ਕਰਾਈ ਜਾਂਦੀ ਹੈ ਸੋ ਦੇਖੋ ਕਿਉਂ ਲੋਕਾਂ ਨੇ ਯੂਕੇ ਦਾ ਕੰਮ ਸ਼ੁਰੂ ਕੀਤਾ ਸੀਗਾ ਕਿਉਂਕਿ ਸੌਖਾ ਕੰਮ ਸੀ 30 ਪੁਆਇੰਟ ਦਾ ਜੀ ਕੈਸ਼ ਲੈ ਲਿਆ 10 ਪੁਆਇੰਟਾਂ ਦੇ ਜੀ ਫੰਡ ਲੈ ਲਏ ਤੇ 40 ਪੁਆਇੰਟ ਹੈ ਫਾਈਲ ਚ ਕੁਛ ਲੱਗਣਾ ਹੀ ਨਹੀਂ ਬੱਚੇ ਦੇ ਅਕੈਡਮਿਕ ਲੱਗਣੇ ਬੱਚੇ ਦਾ ਕੈਸ਼ ਬੱਚੇ ਦੇ ਫੰਡ ਆ ਫਾਈਲ ਅੰਬੈਸੀ ਚ ਲੱਗ ਗਈ ਤੇ ਪੈਸੇ ਲੈ ਲਏ ਕਿਉਂ ਲੋਕਾਂ ਨੇ ਯੂਕੇ ਛੱਡਤਾ ਕੰਮ ਔਖਾ ਹੋ ਗਿਆ ਉਹ ਜੀ ਉਹਨਾਂ ਨੇ ਸਿਸਟਮ ਵੀ ਬਦਲਤਾ ਪੁਆਇੰਟ ਵੀ 40 ਤੋਂ 70 ਪੁਆਇੰਟ ਕਰ ਦਿੱਤੇ ਉਹਦੇ ਵਿੱਚ ਵੀ ਕਰਤਾ ਕਿ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਕੀ ਹੈ ਕੈਸ਼ ਲੈਟਰ ਦੇ ਵਿੱਚ ਯੂਨੀਵਰਸਿਟੀਆਂ ਨੂੰ ਵੀ ਸਟ੍ਰਿਕਟਨੈਸ ਕਰਤੀ ਨਹੀਂ ਤਾਂ ਅੱਗੇ ਯੂਨੀਵਰਸਿਟੀਆਂ ਨੇ ਵੀ ਫਟਾਫਟ ਫਟਾਫਟ ਆਈ ਜੋ ਕੀਤਾ ਸੀ ਸੋ ਕੰਮ ਔਖਾ ਹੋ ਗਿਆ ਇੰਟਰਵਿਊ ਦੀ ਤਿਆਰੀ ਵੀ ਕਰਾਉਣੀ ਪੈ ਗਈ ਸੋ ਤੁਸੀਂ ਇੱਕ ਚੀਜ਼ ਨੋਟ ਕਰ ਲਓ ਚਾਹੇ ਉਹ ਯੂਕੇ ਆ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਪੰਜਾਬ ਦੇ ਵਿੱਚ ਮੇਜਰਲੀ ਮੈਜੋਰਿਟੀ ਆਫ ਏਜੰਟਸ 80% ਏਜੰਟ ਉਹ ਕੰਮ ਫੜਦਾ ਜਿਹੜਾ ਸੌਖਾ ਹੈ ਜਿਹਦੇ ਵਿੱਚ ਕੋਈ ਮਿਹਨਤ ਨਾ ਕਰਨੀ ਪਵੇ ਕਾਗਜ਼ ਪੱਤਰ ਨਾ ਬਹੁਤੇ ਲਾਣੇ ਪਾਉਣ ਕੋਈ ਬਹੁਤਾ ਦਿਮਾਗ ਨਾ ਲਾਣਾ ਪਵੇ ਬੱਚੇ ਨੂੰ ਕੋਈ ਬਹੁਤ ਜ਼ਿਆਦਾ ਤਿਆਰੀ ਨਾ ਕਰਾਉਣੀ ਪਵੇ ਸੋ ਜਦੋਂ ਇਹ ਕੰਮ ਔਖਾ ਹੋਇਆ ਉਦੋਂ ਆਟੋਮੈਟਿਕਲੀ ਉਹ ਜਿਹੜਾ 80% ਵਾਲੀ ਲੀਗ ਸੀਗੀ ਉਹ ਛੱਡ ਕੇ ਚਲੇ ਗਈ ਯੂਕੇ ਨੂੰ ਕਿ ਨਹੀਂ 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 ਇਹ ਨਹੀਂ ਹੁਣ ਆਪਣੇ ਬਚਦਾ ਇਹ 'ਚ ਤਾਂ ਮਿਹਨਤ ਹੀ ਬੜੀ ਲੱਗਦੀ ਹੈ ਕਿਉਂਕਿ ਹੱਡ ਰਾਮੀ ਪਈ ਹੋਈ ਹੈ ਕਿ ਸੌਖੀਆਂ ਚੀਜ਼ਾਂ ਕਰ ਲਈਏ ਸੋ ਹੁਣ ਜਦੋਂ ਤਿਆਰੀ ਕਰਾਉਣੀ ਪੈਂਦੀ ਹੈ ਹੁਣ ਜਦੋਂ ਉਹਦੇ ਨੰਬਰ ਦੇਖਣੇ ਪੈਂਦੇ ਆ ਹੁਣ ਜਦੋਂ ਉਹਦੀ ਜਿੱਦਾਂ ਆਸਟ੍ਰੇਲੀਆ ਬੜਾ ਵਧੀਆ ਚੱਲਦਾ ਰਿਹਾ ਜਦੋਂ GTA ਆ ਗਈ ਆਸਟ੍ਰੇਲੀਆ ਦੇ ਵਿੱਚ ਉਦੋਂ ਆਸਟ੍ਰੇਲੀਆ ਨੂੰ ਛੱਡ ਕੇ ਬਹਿ ਗਏ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਬੜਾ ਸੌਖਾ ਕਿ ਫੰਡ ਤਾਂ ਕੁਝ ਲੱਗਣੇ ਨਹੀਂ ਜੀ GIC ਪਾ ਦਿਓ ਉਹਦੀ LOA ਲੈ ਕੇ ਪਾ ਦਿਓ ਕੰਮ ਬੜਾ ਸੌਖਾ ਜਿੱਦਣ ਕੈਨੇਡਾ ਨੇ ਮਾੜੀ ਮੋਟੀ ਸਟ੍ਰਿਕਟਨੈਸ ਕੀਤੀ ਤਾਂ ਅੱਡੀਆਂ ਦੁਕਾਨਾਂ ਤਾਂ ਉਸੇ ਵੇਲੇ ਬੰਦ ਹੋ ਜਾਣੀਆਂ ਸੋ ਯੂਕੇ ਜੇ ਥੋੜੀ ਜਿਹੀ ਮਿਹਨਤ ਕੀਤੀ ਜਾਵੇ ਬੱਚੇ ਨੂੰ ਥੋੜਾ ਬਹੁਤਾ ਸਿਖਾਇਆ ਜਾਵੇ ਕਿ ਭਾਈ ਤੂੰ ਕੀ ਤੇਰੀ ਇੰਟਰਵਿਊ ਹੁੰਦੀ ਆ ਕਿੱਦਾਂ ਇੰਟਰਵਿਊ ਹੁੰਦੀ ਆ ਕੋਈ ਹਊਆ ਥੋੜੀ ਇੰਟਰਵਿਊ ਕੋਈ ਖਾ ਥੋੜੀ ਜਾਊਗੀ ਜਵਾਬ ਹੀ ਦੇਣੇ ਆ ਜਵਾਬ ਉਹ ਆਪਣੇ ਬਾਰੇ ਦੇਣੇ ਆ ਕਿਸੇ ਬਾਰੇ ਤਾਂ ਕੁਝ ਪੁੱਛਣਾ ਨਹੀਂ ਸੋ ਜਦੋਂ ਤੱਕ ਉਹ ਤਿਆਰੀ ਤੁਹਾਡੀ ਹੈਗੀ ਆ ਤੁਸੀਂ ਬੜਾ ਈਜ਼ੀਲੀ ਯੂਕੇ ਦਾ ਸਟੂਡੈਂਟ ਵੀਜ਼ਾ ਅੱਜ ਵੀ ਲੈ ਸਕਦੇ ਪਰ ਜੇ ਇੰਟਰਵਿਊ ਬੱਚੇ ਦੀ ਮੰਨ ਲਓ ਲੈਟਸ ਸਪੋਜ਼ ਬੱਚੇ ਦੀ ਇੰਟਰਵਿਊ ਨਹੀਂ ਹੁੰਦੀ ਯੂਨੀਵਰਸਿਟੀ ਕੈਸ਼ ਲਈ ਇੰਟਰਵਿਊ ਲੈਂਦੀ ਆ ਉਹਦੀ ਇੰਟਰਵਿਊ ਕਲੀਅਰ ਨਹੀਂ ਹੁੰਦੀ ਆ ਆਫਰ ਲੈਟਰ ਲਈ ਜਾਂ ਪ੍ਰੀ ਕੈਸ਼ ਇੰਟਰਵਿਊ ਲੈਂਦੀ ਆ ਅਗਰ ਬੱਚੇ ਦੀ ਇੰਟਰਵਿਊ ਕਲੀਅਰ ਨਹੀਂ ਹੁੰਦੀ ਤਾਂ ਬੱਚੇ ਦਾ ਨੁਕਸਾਨ ਕੀ ਹੈ ਕੋਈ ਪੈਸਾ ਤਾਂ ਨਹੀਂ ਖਰਾਬ ਹੁੰਦਾ ਬੱਚੇ ਦਾ ਦੇਖੋ ਪਹਿਲੀ ਗੱਲ ਤਾਂ ਜਿਹੜਾ ਕਨਸੈਪਟ ਜਿਹਦੇ ਤੇ ਆਪਾਂ ਕੰਮ ਕਰਦੇ ਉਹ ਹਮੇਸ਼ਾ ਤੋਂ ਹੀ ਉਹ ਰਿਹਾ ਕਿ ਫੀਸ ਆਫਟਰ ਵੀਜ਼ਾ ਉਹ ਪਹਿਲਾਂ ਵੀ ਇਹ ਸੀ ਉਹ ਅੱਜ ਵੀ ਇਹ ਹੀ ਹੈ ਔਰ ਯੂਨੀਵਰਸਿਟੀ ਦੀ ਇੰਟਰਵਿਊ ਤੱਕ ਤਾਂ ਵੈਸੇ ਹੀ ਕੋਈ ਪੈਸਾ ਨਹੀਂ ਜਾਂਦਾ ਨਾ ਤੁਹਾਡਾ ਨਾ ਮੇਰਾ ਸੋ ਜੇ ਇੰਟਰਵਿਊ ਹੋ ਗਈ ਕੋਈ ਇੰਟਰਵਿਊ ਚ ਉਹਦੇ ਚ ਕੋਈ ਰਿਫਿਊਜ਼ਲ ਵੀ ਆ ਗਈ ਯੂਨੀਵਰਸਿਟੀ ਦੀ ਇੰਟਰਵਿਊ ਚ ਤਾਂ ਦੂਜੀ ਯੂਨੀਵਰਸਿਟੀ ਚ ਪੈ ਜਾਊਗਾ ਤੀਜੀ ਚ ਪੈ ਜਾਊਗਾ ਔਰ ਬਹੁਤ ਸਾਰੀਆਂ ਯੂਨੀਵਰਸਿਟੀਜ਼ ਇਦਾਂ ਦੀਆਂ ਵੀ ਨੇ ਜਿਹੜੀਆਂ ਨਹੀਂ ਵੀ ਇੰਟਰਵਿਊ ਲੈਂਦੀਆਂ ਸੋ ਬੇਸਿਕਲੀ ਕਨਸੈਪਟ ਇਹ ਹੈ ਕਿ ਤੁਸੀਂ ਦੇਖਣਾ ਕਿ ਭਾਈ ਮਤਲਬ ਤੁਹਾਡੇ ਏਜੰਟ ਨੇ ਦੇਖਣਾ ਕਿ ਤੁਹਾਡੀ ਐਡਮਿਸ਼ਨ ਕਿੱਥੇ ਸੌਖੇ ਤਰੀਕੇ ਦੇ ਨਾਲ ਨਿਕਲ ਜੂਗੀ ਜਾਂ ਤੁਹਾਡੇ ਹੀ ਪ੍ਰੋਫਾਈਲ ਦੇ ਵਿੱਚ ਕਿੱਥੇ ਕੁਐਸਚਨੇਬਲ ਸਿਚੁਏਸ਼ਨ ਘੱਟ ਚਾਂਸਸ ਨੇ ਹੋਣ ਦੇ ਜੇ ਤੁਸੀਂ ਇੰਟਰਵਿਊ ਦੇ ਐਲੀਜੀਬਲ ਹੋ ਤਾਂ ਇੰਟਰਵਿਊ ਵਾਲੀ ਯੂਨੀਵਰਸਿਟੀ ਹੋ ਜਾਏ ਜੇ ਤੁਸੀਂ ਇੰਟਰਵਿਊ ਤੁਹਾਨੂੰ ਲੱਗਦਾ ਕਿ ਯਾਰ ਨਹੀਂ ਸਰ ਮੈਨੂੰ ਡਰ ਹੀ ਬੜਾ ਲੱਗਦਾ 62 ਤਾਂ ਮੈਂ 5.5-6 ਲੈ ਲਏ ਓਕੇ ਸੋ ਕਿ ਪਰ ਮੇਰੇ ਤੋਂ ਇੰਟਰਵਿਊ ਨਹੀਂ ਦਿੱਤੀ ਅੱਛਾ ਪਰ ਇਹ ਜੇ ਗੱਲ ਕਰ ਲਈਏ ਮੋਟੀ ਮੋਟੀ ਕਿ ਜੇਕਰ 12ਵੀਂ ਪਾਸ ਬੱਚਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਜਾਂ CBSE ਬੋਰਡ ਤੋਂ ਕਿਸੇ ਵੀ ਬੋਰਡ ਤੋਂ ਪੜ੍ਹਿਆ ਹੈ 2017 18 19 ਤੇ 20 ਪਾਸ ਆ 12ਵੀਂ ਜੀ 50-55% ਨੰਬਰ ਹੈਗੇ ਆ ਔਰ ਸਿਰਫ ਪਾਸ ਆ ਪਾਸ ਦਾ ਮਤਲਬ ਆਈਲੈਟਸ ਨਹੀਂ ਹੈਗੀ ਨਹੀਂ ਹੈਗੀ 12ਵੀਂ ਪਾਸ ਦਾ ਸਰਟੀਫਿਕੇਟ ਹੈਗਾ ਹੈ ਉਹਨੂੰ ਯੂਕੇ ਭੇਜ ਦੋਗੇ ਉਹਨੂੰ ਯੂਕੇ ਭੇਜ ਦਾਂਗੇ ਜੀ ਆਈਲੈਟਸ ਦਾ ਸਰਟੀਫਿਕੇਟ ਨਹੀਂ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਤੁਸੀਂ 12ਵੀਂ ਕੀਤੀ ਹੋਈ ਹੈ 2018 2019 2020 ਦੇ ਵਿੱਚ ਆਈਲੈਟਸ ਨਹੀਂ ਕੀਤੀ ਨਹੀਂ ਕਰ ਸਕਦੇ ਕੀਤੀ ਸੀ ਬੈਂਡ ਘੱਟ ਆ ਗਏ ਆਪਣੇ ਸਰਟੀਫਿਕੇਟ ਚੱਕੋ ਆਈਲੈਟਸ ਦਾ ਸਕੋਰ ਕਾਰਡ ਚੱਕੋ ਨਹੀਂ ਕੀਤਾ ਉਹਨੂੰ ਘਰ ਹੀ ਰਹਿਣ ਦਿਓ ਪਾਸਪੋਰਟ ਚੱਕੋ ਮੇਰੇ ਕੋਲ ਆ ਜਾਓ ਆਪਾਂ ਤੁਹਾਡਾ ਯੂਕੇ ਦਾ ਵੀਜ਼ਾ ਪ੍ਰੋਸੈਸ ਕਰ ਜੀ ਸੋ ਜਿਹੜੇ ਵਿਦਿਆਰਥੀ ਯੂਕੇ ਜਾਣਾ ਚਾਹੁੰਦੇ ਸੀ ਆਫਰਾਂ ਨਹੀਂ ਮਿਲ ਪਾ ਰਹੀਆਂ ਸੀ ਨੰਬਰ ਘੱਟ ਸੀ ਆਈਲੈਟਸ ਘੱਟ ਕਰਕੇ ਤੁਹਾਨੂੰ ਏਜੰਟ ਨੇ ਕਹਿਤਾ ਨਹੀਂ ਤੂੰ ਸਿੰਗਾਪੁਰ ਚਲ ਜਾ ਸਿੰਗਾਪੁਰ ਤੋਂ ਪਾਥਵੇ ਲੈ ਲਈ ਸਾਈਪ੍ਰਸ ਚਲ ਜਾ ਸਾਈਪ੍ਰਸ ਤੋਂ ਪਾਥਵੇ ਲੈ ਜਾਈ ਜਾਂ ਤੂੰ ਯੂਕਰੇਨ ਚਲ ਜਾ ਯੂਕਰੇਨ ਤੋਂ ਪਾਥਵੇ ਲੈ ਜਾਈ ਜਪਾਨ ਚਲ ਜਾ ਉੱਥੋਂ ਪਾਥਵੇ ਲੈ ਜਾਈ ਅੱਜ ਇੱਕ ਹੋਰ ਮੌਕਾ ਹੈ 2017 18 19 20 ਚ ਤੁਸੀਂ 12ਵੀਂ ਪਾਸ ਕੀਤੀ ਹੈ ਦੁਬਾਰਾ
ਤਾਂ ਵੀ ਯੂਕੇ ਦਾ ਵੀਜ਼ਾ ਲੱਗ ਸਕਦਾ ਹੈ। ਓਮ ਗਲੋਬਲ ਦੇ ਆਫਿਸ 'ਚ ਵਿਜ਼ਿਟ ਕਰ ਲਓ, ਅੰਮ੍ਰਿਤਸਰ ਆਫਿਸ ਆ ਜਾਓ, ਜਲੰਧਰ ਆਫਿਸ ਆ ਜਾਓ, ਚੰਡੀਗੜ੍ਹ ਆਫਿਸ ਆ ਜਾਓ, ਬਹੁਤ ਜਲਦੀ ਤੁਹਾਨੂੰ ਬਠਿੰਡਾ ਆਫਿਸ ਵੀ ਦੇਣਗੇ। ਜਿਹੜੇ ਮਰਜ਼ੀ ਦਫ਼ਤਰ 'ਚ ਵਿਜ਼ਿਟ ਕਰੋ, ਆ ਕੇ ਤੁਸੀਂ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਖੰਨਾ ਸਾਹਿਬ, ਯੂਕੇ ਨੂੰ ਲੈ ਕੇ ਇੱਕ ਆਖਰੀ ਸਵਾਲ, ਉਸ ਤੋਂ ਬਾਅਦ ਮੈਂ ਕੈਨੇਡਾ ਬਾਰੇ ਜਾਣਕਾਰੀ ਲਊਂਗਾ। ਬਿਨਾਂ ਆਈਲੈਟਸ ਤੋਂ ਤੁਸੀਂ ਕਹਿ ਰਹੇ ਹੋ ਆ ਜਾਓ, 50% ਨੰਬਰਾਂ ਨਾਲ ਆ ਜਾਓ, ਅੰਗਰੇਜ਼ੀ 'ਚੋਂ ਵੀ ਭਾਵੇਂ 33% ਨੰਬਰਾਂ ਨਾਲ ਆ ਜਾਓ। ਹੁਣ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਇਹ ਆ ਜਾਂਦਾ, ਯਾਰ ਕਈ ਯੂਨੀਵਰਸਿਟੀਆਂ 6 ਬੈਂਡ ਮੰਗਣ ਲੱਗ ਪਈਆਂ, ਕਈ ਇੰਟਰਵਿਊ ਲੈਣ ਲੱਗ ਪਈਆਂ, ਤੇ ਇਹ ਖੰਨਾ ਸਾਹਿਬ ਕਿਹੜੀ ਯੂਨੀਵਰਸਿਟੀ ਲੱਭ ਲਿਆ ਜਿਹੜੀ ਕਹਿੰਦੇ ਸਿਰਫ ਪਾਸ ਹੋ ਜਾਓ ਤਾਂ ਵੀ ਆ ਜਾਓ? ਇਹ ਕਿਤੇ ਕੋਈ ਜੰਗਲਾਂ 'ਚ ਯੂਨੀਵਰਸਿਟੀ ਤਾਂ ਨਹੀਂ ਹੋ ਗਈ ਆ ਕਿਤੇ ਫੀਸ 12-15-20 ਲੱਖ ਰੁਪਏ ਫੀਸ ਹੋਵੇ ਇਹਦੀ? ਦੇਖੋ ਜੇ ਬਿਲਕੁਲ ਸਵਾਲ ਤੁਹਾਡਾ ਸਹੀ ਹੈ, ਕਿਉਂਕਿ ਇਹ ਕੰਮ ਵੀ ਬੜਾ ਨੋਰਮਲ ਹੈਗਾ ਜਿਹੜਾ ਲੋਕੀ ਕਰਦੇ ਰਹਿੰਦੇ ਆ। ਸੋ ਆਪਾਂ ਗੱਲ ਹੀ ਇਹ ਕਰ ਲੈਂਦੇ ਹਾਂ ਕਿ ਯੂਕੇ ਦੀ ਸਭ ਤੋਂ ਪਾਪੂਲਰ ਜਗ੍ਹਾ ਦੀ ਗੱਲ ਕਰ ਲੈਂਦੇ ਹਾਂ ਕਿ ਜੇ ਕੋਈ ਬੰਦੇ ਨੂੰ ਇੰਗਲੈਂਡ ਕਿਹਾ ਜਾਂਦਾ ਜਾਂ ਯੂਕੇ ਕਿਹਾ ਜਾਂਦਾ, ਤੁਸੀਂ ਦੱਸ ਦਿਓ ਸਭ ਤੋਂ ਪਹਿਲਾਂ ਨਾਮ ਤੁਹਾਡੇ ਦਿਮਾਗ 'ਚ ਕਿਹੜਾ ਆਉਂਦਾ? ਓਬਵੀਅਸਲੀ ਲੰਡਨ। ਲੰਡਨ ਆਉਂਦਾ, ਤੇ ਲੰਡਨ ਦੇ ਵਿੱਚ ਹੀ ਜਾ ਕੇ ਪੜੋਗੇ ਕਿਸੇ ਪਿੰਡ 'ਚ, ਕਿਸੇ ਜੰਗਲ ਦੇ ਵਿੱਚ, ਕਿਸੇ ਡੈਜ਼ਰਟ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਨਹੀਂ ਹੋਊਗੀ। ਲੰਡਨ ਜਾਓਗੇ, ਲੰਡਨ ਜਾ ਕੇ ਪੜੋਗੇ, ਤੇ ਫੀਸਾਂ ਕੋਈ 15-20 ਲੱਖ ਰੁਪਏ ਫੀਸ ਤਾਂ ਨਹੀਂ ਹੋਊਗੀ? ਫੀਸ ਦੇਖੋ ਮਿਨੀਮਮ ਫੀਸ ਹੋਊਗੀ ਕਿ ਮਤਲਬ ਉਸ ਤੋਂ ਘੱਟ ਫੀਸ ਸ਼ਾਇਦ ਜੰਗਲਾਂ ਦੇ ਵਿੱਚ ਵਾਲੀ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਨੂੰ ਨਾ ਮਿਲੇ, ਉਸ ਲੈਵਲ ਦੀ ਜਿਹੜਾ ਫੀਸ ਸਟਰਕਚਰ ਹੈਗਾ ਉਹ ਤੁਹਾਨੂੰ ਮਿਲੂਗਾ ਕਿ ਤੁਸੀਂ ਆ ਜਾਓ। ਕਿ ਵਿਦਾਊਟ ਆਇਲਟਸ ਲੰਡਨ ਦੀ ਯੂਨੀਵਰਸਿਟੀ ਮਿਨੀਮਮ ਫੀਸ ਸਟਰਕਚਰ, ਇਸ ਤੋਂ ਵੱਧ ਮੈਨੂੰ ਲੱਗਦਾ ਨਹੀਂ ਕਿ ਹੋਰ ਨਵੇਂ ਸਾਲ ਦੇ ਉੱਤੇ ਮੈਂ ਤੁਹਾਨੂੰ ਕੋਈ ਹੋਰ ਤੋਹਫਾ ਦੇ ਸਕਦਾ ਸੀਗਾ ਜੀ। ਸੋ ਤਮਾਮ ਜਾਣਕਾਰੀ ਇਹਨਾਂ ਦੇ ਦਫ਼ਤਰ ਵਿੱਚ ਆ ਕੇ ਲੈ ਸਕਦੇ ਹੋ, ਚਾਹੇ ਚੰਡੀਗੜ੍ਹ ਆਫਿਸ ਹੈ, ਚਾਹੇ ਉਹ ਜਲੰਧਰ ਆਫਿਸ ਹੈ, ਚਾਹੇ ਉਹ ਅੰਮ੍ਰਿਤਸਰ ਆਫਿਸ ਹੈ, ਆ ਕੇ ਪਤਾ ਕਰ ਲਓ। ਲੰਡਨ ਦੇ ਵਿੱਚ ਪੜ੍ਹਨ ਜਾਣਾ ਚਾਹੁੰਦੇ ਹੋ, 12ਵੀਂ ਪਾਸ ਹੋ, ਆਈਲੈਟ ਨਹੀਂ ਹੈਗੀ, ਇੰਗਲਿਸ਼ 'ਚੋਂ 45-50-55 ਨੰਬਰ ਜਿੰਨੇ ਵੀ ਮਰਜ਼ੀ ਹੈ, ਟੋਟਲ 50-55% ਨੰਬਰ ਹੈਗੇ ਆ, ਮੋਰ ਦੈਨ ਵੈਲਕਮ ਆ, ਤੁਸੀਂ ਯੂਕੇ ਪੜ੍ਹਨ ਜਾ ਸਕਦੇ ਹੋ। ਲੰਡਨ ਦੇ ਵਿੱਚ ਜਾਓਗੇ ਔਰ ਫੀਸ ਬਹੁਤ ਘੱਟ ਹੋਊਗੀ, ਫੀਸ ਬਹੁਤ ਘੱਟ ਦਾ ਮਤਲਬ ਹੈ ਕੋਈ 15-20 ਲੱਖ ਫੀਸ ਨਹੀਂ ਹੋਊਗੀ, 10 ਲੱਖ ਤੋਂ ਥੱਲੇ ਥੱਲੇ ਫੀਸ ਹੋਊਗੀ, ਉਹ 8 ਲੱਖ ਵੀ ਹੋ ਸਕਦੀ ਹੈ, ਉਹ 7 ਵੀ ਹੋ ਸਕਦੀ ਹੈ, ਉਹ 8.5 ਵੀ ਹੋ ਸਕਦੀ ਹੈ। ਤੁਸੀਂ ਆਪਣੇ ਏਜੰਟ ਜਿੱਥੋਂ ਕੇਸ ਅਪਲਾਈ ਕਰਨਾ ਜਾਂ ਕੀਤਾ ਨੂੰ ਪੁੱਛ ਲਓ, 1 ਸਾਲ ਦੀ ਫੀਸ ਘੱਟੋ ਘੱਟ ਤੁਹਾਨੂੰ 13-14 ਲੱਖ ਤੋਂ ਘੱਟ ਨਹੀਂ ਦੱਸੂਗਾ, ਪਰ ਇੱਥੇ ਤੁਸੀਂ 6-7-8 ਲੱਖ ਰੁਪਏ ਦੇ ਕਰੀਬ ਫੀਸ ਭਰ ਕੇ ਯੂਕੇ ਪੜ੍ਹਨ ਜਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਘਰੇ ਬੈਠੇ 9-1-61-92-167 ਨੰਬਰ ਤੇ, 9-2-1-6-1-9-2-1-6-7। ਅਗਰ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ, 2 ਮਹੀਨੇ 3 ਮਹੀਨੇ 4 ਮਹੀਨੇ ਹੋ ਗਏ ਆ, 15 ਦਿਨ ਹੋ ਗਏ ਆਫਰ ਲੈਟਰ ਨਹੀਂ ਆ ਰਹੀ, ਇੱਥੇ ਆਫਰ ਲੈਟਰ ਵੀ 1-2 ਦਿਨ 'ਚ ਮਿਲੂਗੇ। 9-1-61-9-1-67 ਨੰਬਰ 'ਤੇ ਕਾਲ ਕਰ ਸਕਦੇ ਹੋ, ਐਡਵਾਂਸ ਪੈਸਾ ਕੋਈ ਨਹੀਂ ਦੇਣਾ। ਸੋ ਅਗਲਾ ਰੁੱਖ ਕਰਦੇ ਹਾਂ ਆਪਾਂ ਕੈਨੇਡਾ ਵੱਲੋਂ ਜੀ। ਆਪਾਂ ਪਿਛਲੇ ਸ਼ੋਅ 'ਚ ਮਿਲੇ ਸੀ, ਉਦੋਂ ਆਪਾਂ ਗੱਲ ਕੀਤੀ ਸੀ ਕਿ 10 ਕਿਊਬੈਕ ਦੇ ਕਾਲਜ ਐਸੇ ਮੌਂਟਰੀਅਲ ਦੇ ਜਿਹੜੇ ਜਿਹਨੇ CAQ ਸਸਪੈਂਡ ਕਰ ਦਿੱਤੇ ਗਏ, ਬੱਚਿਆਂ ਦੇ ਪੈਸੇ ਉੱਥੇ ਫਸ ਗਏ। ਉਮੀਦ ਹੈ ਬਹੁਤ ਸਾਰੀ ਕਾਲ ਆਈਆਂ ਹੋਣਗੀਆਂ, ਬਹੁਤ ਸਾਰੇ ਬੱਚਿਆਂ ਨੇ ਸਵਾਲ ਪੁੱਛੇ ਹੋਣਗੇ। ਸੋ ਹੁਣ ਕੁਛ ਇੱਕ ਸਵਾਲ ਸਾਨੂੰ ਵੀ ਆਏ ਸੀ, ਉਹ ਕਹਿੰਦੇ ਕਿ ਅਸੀਂ ਫਸ ਗਏ ਹਾਂ ਜੀ, ਫੀਸਾਂ ਭੇਜ ਦਿੱਤੀਆਂ ਹੋਈਆਂ, 7 ਸਾਲ ਦੀ ਫੀਸਾਂ 8-9 ਲੱਖ ਰੁਪਏ ਭੇਜਿਆ। ਕੁਛ ਇੱਕ ਬੱਚੇ ਜਿਹਨਾਂ ਦੀ ਫਾਈਲਾਂ ਅੰਬੈਸੀ 'ਚ ਪਈਆਂ, ਉਹ ਕਹਿੰਦੇ ਜੀ ਹੁਣ ਕੀ, ਹੁਣ ਫਾਈਲ ਵਿਦਡਰਾਅ ਕਰੀਏ ਫਿਰ ਫੀਸ ਵਾਪਸ ਕਰਾਈਏ? ਜਿਹਨਾਂ ਦੀ ਫੀਸ ਚਲ ਗਈ ਉਹ ਕਹਿੰਦੇ ਜੀ ਸਾਡਾ ਏਜੰਟ ਕਹਿੰਦਾ ਫੀਸ ਨਾ ਵਾਪਸ ਕਰਾਓ। ਹੁਣ ਏਜੰਟ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਪਿਆ, ਕੀ ਓਮ ਗਲੋਬਲ ਕੋਈ ਹੈਲਪ ਕਰ ਸਕਦਾ? ਦੇਖੋ ਪਿਛਲੀ ਵਾਰੀ ਵੀ ਆਪਾਂ ਸ਼ੋਅ 'ਚ ਵੀ ਗੱਲ ਕੀਤੀ ਸੀਗੀ ਔਰ ਮੈਂ ਫੇਸਬੁੱਕ ਦੇ ਰਾਹੀਂ ਵੀ ਲਾਈਵ ਹੋ ਕੇ ਵੀ ਲੋਕਾਂ ਨੂੰ ਦੱਸਿਆ ਸੀਗਾ, 3 ਮਹੀਨੇ ਲਈ ਤਾਂ ਮਿਨੀਮਮ ਤੁਹਾਡੇ ਕਾਲਜ ਸਸਪੈਂਡ ਹੋ ਗਏ। 31 ਮਾਰਚ 2021 ਤੱਕ ਦੀ ਤਾਂ ਇੰਟੀਮੇਸ਼ਨ ਹੋ ਗਈ। ਸੋ 31 ਮਾਰਚ 2021 ਤੱਕ ਤਾਂ ਤੁਹਾਡਾ ਕੋਈ ਵਾਲੀ ਵਾਰਸ ਹੈ ਨਹੀਂ, ਤੁਹਾਡਾ ਕੁਛ ਨਹੀਂ ਜੇ ਬਣਨਾ। ਉਸ ਤੋਂ ਬਾਅਦ ਕੀ ਡਿਸੀਜਨ ਆਉਂਦਾ, ਕੀ ਡਿਸੀਜਨ ਨਹੀਂ ਆਉਂਦਾ, ਕੀ ਉਹ ਕਾਲਜ ਦੁਬਾਰਾ ਰੀਇਨਸਟੇਟ ਹੁੰਦਾ ਉਹਨਾਂ ਦਾ CAQ, ਜਾਂ ਕੀ ਉਹਨਾਂ ਦਾ ਲਾਇਸੈਂਸ ਪਰਮਾਨੈਂਟ ਸਸਪੈਂਡ ਹੋ ਜਾਂਦਾ? ਬੜੀ ਹੈਰਾਨੀ ਵਾਲੀ ਗੱਲ ਹੈ ਕਿ ਚਲੋ ਇੰਡੀਆ ਤੋਂ ਤਾਂ ਜਿਹੜੇ ਫੋਨ ਆਏ ਸੋ ਆਏ, ਕਿਸੇ ਦਾ CAQ ਅਪਲਾਈਡ ਹੈ, ਕਿਸੇ ਦੀ ਫੀਸ ਫਸੀ ਹੈ, ਕਿਸੇ ਦੀ ਅੰਬੈਸੀ 'ਚ ਫਾਈਲ, ਕੋਈ ਕਹਿੰਦਾ ਭਾਜੀ ਬਸ ਮੈਂ ਬਚ ਹੀ ਗਿਆ, ਆਫਰ ਲੈਟਰ ਆਈ ਸੀਗੀ, ਮੈਂ ਕੱਲ੍ਹ ਹੀ ਫੀਸ ਟ੍ਰਾਂਸਫਰ ਕਰਨੀ ਸੀ ਅਤੇ ਮੈਂ ਕਿਤੇ ਤੁਹਾਡਾ ਸ਼ੋਅ ਦੇਖ ਲਿਆ, ਮੈਂ ਰੁਕ ਗਿਆ। ਸੋ ਕਈ ਇੱਦਾਂ ਦੇ ਫੋਨ ਆਏ, ਕਈ ਚੀਜ਼ਾਂ ਹੋਈਆਂ। ਬੜੀ ਹੈਰਾਨੀ ਵਾਲੀ ਗੱਲ ਜਿਹੜੀ ਹੋਈ ਕਿ ਕੈਨੇਡਾ ਤੋਂ ਫੋਨ ਆਏ ਸਟੂਡੈਂਟਸ ਦੇ ਜਾਂ ਈਮੇਲਸ ਆਈਆਂ ਕਿ ਭਾਜੀ ਮੈਂ ਫਲਾਣੇ ਫਲਾਣੇ ਕਾਲਜ 'ਚ ਪੜ੍ਹਦਾ ਸੀ, ਮੈਂ ਕਾਲਜ ਬਦਲਣਾ ਜੀ, ਆਹ ਕਾਲਜ ਮੇਰਾ ਬਲੈਕਲਿਸਟ ਹੋ ਗਿਆ। ਜਿੱਥੋਂ ਤੱਕ ਸਾਡੀ ਇਹ ਜਜਮੈਂਟ ਸੀ ਕਿ ਜਿਹੜਾ ਉੱਥੇ ਬੱਚਾ ਪੜ੍ਹ ਰਿਹਾ ਉਹ ਪੜ੍ਹਦਾ ਰਹੂਗਾ, ਅਤੇ ਮੈਂ ਉਹਦੇ 'ਚੋਂ ਇੱਕ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਯਾਰ ਅਤੇ ਤੁਹਾਡੇ ਕਾਲਜ ਦੀ ਜਿਹੜੀ ਮਿਨਿਸਟਰੀ ਦੀ ਗਾਈਡਲਾਈਨ ਹੈ ਉਹ 'ਚ ਲਿਖਿਆ ਕਿ ਜਿਹੜਾ ਬੱਚਾ ਪੜ੍ਹਦਾ ਪਿਆ ਉਹ ਪੜ੍ਹੇ, ਉਹਨੂੰ ਕਾਲਜ ਪੜ੍ਹਾਊਗਾ? ਕਹਿੰਦਾ ਨਹੀਂ ਭਾਜੀ, ਇੱਥੇ ਰੌਲਾ ਬਹੁਤ ਪੈ ਗਿਆ, ਇਹ ਅਲਟੀਮੇਟਲੀ ਬੰਦ ਹੋ ਜਾਣਾ। ਮੈਂ ਉਸ ਕਾਲਜ ਦਾ ਨਾਮ ਨਹੀਂ ਲੈਂਦਾ, ਪਰ ਉਹਦਾ 10 ਵਿੱਚੋਂ ਇੱਕ ਕਾਲਜ ਸੀਗਾ ਕਿ ਇਹ ਬੰਦ ਹੋ ਜਾਣਾ, ਅਤੇ ਅਸੀਂ ਚਾਹੁੰਦੇ ਹਾਂ ਉਸ ਤੋਂ ਪਹਿਲਾਂ ਚੇਂਜ ਕਰ ਲਈਏ ਕਿ ਜਿੰਨੇ ਕੁ ਪੈਸੇ ਦਿੱਤੇ ਹੋ ਉਹਨਾਂ ਕੋ ਪੜ੍ਹ ਲਿਆ, ਹੁਣ ਅਗਲੀ ਫੀਸ ਇਹਨਾਂ ਨੂੰ ਦੇਣ ਤੋਂ ਪਹਿਲਾਂ। ਅਤੇ ਉਹ ਮੈਨੂੰ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਮੈਨੂੰ ਕੋਈ ਕ੍ਰੋਸ ਕ੍ਰੈਡਿਟ ਮਿਲੂਗੇ, ਮੈਂ ਉੱਥੇ ਇੰਨੀ ਪੜ੍ਹਾਈ ਕੀਤੀ ਆ ਅਤੇ ਇੰਨੇ ਕ੍ਰੈਡਿਟ ਦਾ ਮੈਂ ਕੋਰਸ ਕਰ ਚੁੱਕਾ, ਕੀ ਮੈਨੂੰ ਕੋਈ ਇੱਦਾਂ ਦਾ ਕਾਲਜ ਲੈ ਦਿਓ ਜਿੱਥੇ ਮੈਨੂੰ ਕ੍ਰੋਸ ਕ੍ਰੈਡਿਟ ਮਿਲੇ? ਸੋ ਅਲਟੀਮੇਟਲੀ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਸਟੂਡੈਂਟਸ ਦਾ ਭਵਿੱਖ ਜਿਹੜਾ ਉਹ ਦੁਬਾਰਾ ਫਿਰ ਇੱਕ ਨਾ ਹਨੇਰਾ ਜਿਹਾ ਅੱਗੇ ਦਿਸਦਾ ਪਿਆ। ਤੁਸੀਂ ਇੰਡੀਆ ਤੋਂ ਅਪਲਾਈ ਕੀਤਾ ਹੋਇਆ,
मेरी सलाह यह है कि जिन्नी जल्दी तो जल्दी अपने रिफंड मंगा लो, जिन्नी जल्दी तो जल्दी ये डिसीजन करा लो कि तुहाडी एक्चुअली च एप्लीकेशन का की बनना। जे सिर्फ ऑफर लैटर की स्टेज पर ही हो, करमा वाले हो, पैसे भेजने से हजे भेजे नहीं, कट्ठे नहीं हुए, दो दिन बाद मिलने से, बहुत चंगी गल है, तुहाडा बचाव हो गया, किसी होर चंगे कॉलेज के विच शिफ्ट हो जाओ। मोंट्रियल नहीं खत्म होया, बेसिकली अज भी मोंट्रियल के बहुत सारे कॉलेज ने, चंगे कॉलेज ने जो चलते पे, यूनिवर्सिटीज ने जड़ियाँ चलदियाँ पईयां, और हमेशा की तरह ये अगे भी पॉपुलर डेस्टिनेशन रहूगी स्टूडेंट की। पर जिहड़े कॉलेजों दी कुछ मैल प्रैक्टिस सीगियां, बट जिहड़े कॉलेजों ने कुछ गलत तरीके दे नाल बच्चे ले सी या रीफंड वापस नहीं दिते या होर सारियां चीज़ां कीतियां। मेरी मॉन्ट्रियल दे विच किसे कॉलेज वाले नाल गल हुंदी पई सी 3 दिन पहला, तो मैं उन्हें पुछया, मैं कहा यार की रौला की है कि यह सारा रौला सिर्फ वो दो कॉलेज ने जिन्होंने रीफंड नहीं दिते राइजिंग फीनिक्स वालिया ने, तो वो रिलेटिड कॉलेज से वह रौला, वो कहता नहीं कई चीज़ा ने गवर्नमेंट को यह नहीं पसंद। हूँ उ गल है ना कि आप सारे सौखिया चीज़ा लभद हैं, इस स्टूडेंट की भी गलती है कितना कितने कि वह कॉलेज दे दौ भाजी जिसे वीकेंड क्लासा लगन घट पढ़ना पवे। सो उत्थे हो की रहा है कि मोंट्रियल दे विच कॉलेज है, सोमवार तो लैके शुक्रवार दे तक स्टूडेंट ब्रैम्पटन दे विच रहिंदा, आराम नाल अपना काम कुम करदा, शुक्रवार शाम नूं गड्डी चुकी मोंट्रियल आ गए, पंजा जणिआं ने पंजा जणिआं मोंट्रियल आ गए, अपनी शनिवार एतवार पढ़ाई कीती, एतवार रात नूं फिर ब्रैम्पटन वापस, ते सोमवार तो फिर काम चालू। सो तुहानूं की लगदा कि किन्नी देर तक ये चीज़ां गौरमेंट तो लुकियां रहिंदियां? ये भी एक बहुत वड्डा रीज़न सी कि गौरमेंट कहती ना सानूं कोई रेवन्यू, ना बच्चा साडे कोल रह रिहा, ना साडे कोल अगों रहना चाहुंदा, पढ़ाई करके वर्क परमिट लैके रहना उन्हें ब्रैम्पटन ही है। सो क्यों यहोजी चीज़ों को बढ़ावा दिता जाए? सो अल्टीमेटली जो दसा चो कुछ कॉलेज वापस ये रीइंस्टेट भी हो गए, जो मैं डेफिनेट श्योर हाँ कि हो गए, जिहड़े वापस रीइंस्टेट हो गए उन्हां दे तौर तरीके बदल जाणगे, उन्हां दा तुहानूं एडमिशन देण दा तरीका बदल जाऊगा, तुहानूं पढ़ाउण दा तरीका बदल जाऊगा, तुहाडे तों फीस लैण दा, तुहानूं रीफंड देण दा कई तरीके बदल जाणगे। सो अज दी डेट दे विच वी जे इहनां कॉलेजां च किते ना किते फसे हो, तुसीं वेट करना चाहुंदे हो, जी सदके करो कि तुहाडे 3 महीने आ, इट इज़ योर टाइम, है ना। कितने कोई ऑफर लैटर लेट हो जाती उदों तो बच्चा आकर कहता जी मेरे तो टाइम ही बड़ा खराब करता। सो एक किसी के कंट्रोल वाली सिचुएशन नहीं हैगी, मैं कहां कि तुहाडे के एजेंट का कसूर है या उस कॉलेज का कसूर है। सो अल्टीमेटली कसूर किसी का नहीं है, बट जे हुण फांसी गए हो तो बैठे इंतजार ना करी जाओ, जिनी जल्दी तो जल्दी हो सकता कि रीफंड लैना या एप्लीकेशन वापस लैनी, या उस कंसल्टेंट को भी कहना, मैं नहीं कहता मेरे को आकर फाइल लवाओ, उन्होंने भी कहना कि भाजी मैनू दूजे कॉलेज पा दे, मैं नहीं जाना। बड़े लोग कहते थे जी कि प्राइवेट कॉलेजों से जाना चाहिए, प्राइवेट कॉलेजों से नहीं जाना चाहिए, सरकारी कॉलेज चल जाओ, ये इस लिस्ट च एक सरकारी कॉलेज भी है जिसकी CAQ बंद होगी। सो कभी किसी देखा सी कि एक गवर्नमेंट का कॉलेज विच इज पब्लिक कॉलेज, वो भी पब्लिक की पॉलिसी करके या मिनिस्ट्री की पॉलिसी करके उसदे भी होल्ड लग गया, उसकी भी इन्वेस्टिगेशन हो गई। कहना साहब अगर 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 कंसल्टेंट कोई हाथ पल्ला नहीं फड़ा रहा स्टूडेंट उसकी फीस वापस नहीं करवा रहा, ऑब्वियसली उन्हें लालच है कि मेरा वीजा आऊगा मैं 4 पैसे बचने, जी जी, अगर बच्चे की फीस वापस नहीं करा रहा, बच्चा परेशान है, बार बार गेड़े ला रहा है, की तुम हेल्प कर सकते हो? देखो जे परेशान हो, फीस फस गई है और नहीं कुछ हद पर, देखो मैनू काफ़ी हद तक लगता है कि फीसा मुड़न गई, पर जिनी जल्दी लै लो उन्ना चंगा। मान लो मेरे को अब 10 रुपए है, ठीक है, तो मैं 20 जने 2 रुपए देने हैं, सो मेरी कोशिश होगी कि 10 जिहड़े पहला जिहड़े 10 लै ले बाकी जिहड़े रह गए। सो जे तुहानूं पहला 10 चो अपना शेयर मिलता तो जरूर लै लेना चाहिए। जे किसी कारण करके तुहानूं लगता कि तुहाडा एजेंट तुहाडा रीफंड नहीं पा रहा या कॉलेज वल्लों तुहानूं उह रीफंड लई मना हो रहा, तुसीं मैनूं मेरे कोल आ सकदे हो, मेरे ऑफिस विजिट कर सकदे हो, मैं तुहानूं कैनेडा दे विच किसी अपने ऑफिस के बंदे दे नाल कनैक्ट करा दांगा जिहड़ा तुहाडे बिहाफ ते काम कर दूगा, उहदे विच उह सर्विसिज़ दा ही तुहाडे तों कोई पैसा नहीं लैना, कुछ नहीं लैना, एक हैल्प है कि यार इस बंदे नाल कॉन्टैक्ट कर लो, वह तुहानूं लाइन ते लैके चाहे कॉलेज नाल गल कर ले, चाहे ईमेल तुहाडी पास ऑन कर दे। सो जिन्नी कोशिश हो सकती है साडी कि तुहाडे पैसे बच जाण, तुहाडा जिहड़ा ये बड़ी मेहनत ना पैसा कमाया जाता, सो ये पैसा तुहानूं जे वापस मिल गया तो उन्ना ही चंगा जी। सो कनेडा का कोई भी समस्या है, ओवरऑल 6 बैंड 165 बैंड की सप्लाई करना चाहते हो, क्यूबैक या ओंटारियो या कितने भी करना चाहते हो, ओम ग्लोबल में संपर्क कर सकते हो। फीस फस गई है, CAQ सस्पेंड हो गई है, CAQ आई सी फाइल लैजर लानी सी, अगे की किया जाए वो बारे जानकारी चाहते हो, 9216-9167 नंबर पर कॉल कर सकते हो। किसी भी तरह की कैनेडा स्टडी वीजा संबंधी कोई सवाल है कॉल करो 9216-9167 नंबर पर। कहना साहब 2-3 मिनट का समा चाहिए, ऑस्ट्रेलिया बारे थोड़ी नजर मार ली, ऑस्ट्रेलिया किस तरह रुका? बहुत वधिया जी, अज की डेट च भी वीजे आ रहे हैं, सो बहुत सारा स्टूडेंट्स, सिर्फ स्टूडेंट को जो अज की डेट च डर हैगा वो वहम हैगा कि यार कदों ट्रैवल कदों करांगा। मैं बिल्कुल इत्थे तुहाडे नाल एग्री करदा, मैं भी यह सोचदा कि यार कदों ट्रैवल करूगा बच्चा, जिहड़े बच्चे ने पढ़न जाना, पिछले साल के 2020 के भी इन्ने वीजे आए हुए हैं, जिहड़े बच्चे हजे इत्थे बैठे आ, कुछ ऑनलाइन पढ़ रहे हैं, कुछ ने डैफर कर लिया, सो कई तरह के क्वेश्चन दिमाग च आते हैं, बट एट द एंड ऑफ द डे ऑस्ट्रेलिया वर्गी कंट्री नहीं हैगी। अज भी वीजा मिलता पाया, अज की डेट का वीजा, तुम मेरे ऑफिस
ਆਫਿਸ ਵਿਜ਼ਿਟ ਕਰ ਲਓ ਉਹਨਾਂ ਨੂੰ ਕੋਈ ਵੀਜ਼ਾ ਦਿਖਾ ਦਿਓ ਸੋ ਵੀਜ਼ੇ ਲੱਗਦੇ ਪਏ ਆ ਵੀਜ਼ੇ ਲੱਗਣ 'ਚ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਹਰ ਵਾਰ ਜਿੰਨੀ ਵਾਰੀ ਵੀ ਲਾਈਵ ਹੁੰਦਾ ਜਾਂ ਜਿੰਨੀ ਵਾਰੀ ਵੀ ਆਫਿਸ ਬੱਚਾ ਵਿਜ਼ਿਟ ਕਰਦਾ ਉਹਦਾ ਸਵਾਲ ਇੱਕ ਹੁੰਦਾ ਭਾਜੀ ਫਲਾਈਟ ਕਦੋਂ ਚੱਲੂਗੀ ਮੈਨੂੰ ਨਹੀਂ ਪਤਾ ਜੇ ਉਹ ਫਲਾਈਟ ਕਦੋਂ ਚੱਲੂਗੀ ਸ਼ਾਇਦ ਆਸਟ੍ਰੇਲੀਅਨ ਗੌਰਮੈਂਟ ਨੂੰ ਵੀ ਨਹੀਂ ਪਤਾ ਉਹ ਫਲਾਈਟਾਂ ਕਦੋਂ ਚੱਲੂਗੀਆਂ ਚੰਗੀ ਗੱਲ ਇਹ ਹੈ ਕਿ ਵੈਕਸੀਨ ਆ ਗਈ ਹੋ ਸਕਦਾ ਸਾਰਾ ਕੁਝ ਬੜੀ ਜਲਦੀ ਨੋਰਮਲ ਹੋ ਜਾਵੇ ਵੀਜ਼ਾ ਲੱਗਦਾ ਵੀਜ਼ਾ ਲਵਾ ਲਓ ਵੀਜ਼ਾ ਕਿਹੜਾ 2 ਦਿਨ ਦਾ 4 ਦਿਨ ਦਾ ਜਾਂ ਹਫ਼ਤੇ ਦਾ ਮਿਲਣਾ ਕਿ ਕੱਲ੍ਹ ਨੂੰ ਮੁੱਕ ਜੂਗਾ ਪਰ ਜਦੋਂ ਫਲਾਈਟਾਂ ਚੱਲ ਗਏ ਤਾਂ ਵੀਜ਼ੇ ਰਿਫਿਊਜ਼ ਹੋਣੇ ਸ਼ੁਰੂ ਹੋ ਜਾਣੇ ਕਿੱਦਾਂ ਵੀਜ਼ੇ ਰਿਫਿਊਜ਼ ਹੋਣੇ ਸ਼ੁਰੂ ਹੋ ਜਾਣੇ ਦੇਖੋ ਅੱਜ ਜਿਹਦਾ ਵੀਜ਼ਾ ਲੱਗ ਗਿਆ ਉਹ ਹਾਂ ਉਸ ਟਾਈਮ ਤੇ ਕੀ ਹੋਣਾ ਪਤਾ ਨਹੀਂ ਅੱਜ ਦੀ ਗੱਲ ਕਰਦੇ ਪਏ ਕਿ ਅੱਜ ਵੀਜ਼ਾ ਲੱਗਦਾ ਵਾ ਵੀਜ਼ਾ ਲਵਾ ਕੇ ਰੱਖ ਲਓ ਤੁਸੀਂ 12ਵੀਂ ਕੀਤੀ ਹੈ ਤੁਹਾਨੂੰ 3.5 ਸਾਲ ਦਾ ਵੀਜ਼ਾ ਮਿਲਣਾ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੁਹਾਨੂੰ 2.5 ਸਾਲ ਦਾ ਵੀਜ਼ਾ ਲੱਗਣਾ ਸੋ ਕੀ 2.5 ਸਾਲ ਜਾਂ 3.5 ਸਾਲ ਤੱਕ ਟਰੈਵਲ ਨਾ ਕਰ ਪਾਓਗੇ ਜੇ ਕਿਤੇ ਕੋਈ ਆਨਲਾਈਨ ਪੜ੍ਹਨਾ ਵੀ ਪੈਂਦਾ ਪੜ੍ਹ ਲਓ ਕੱਲ੍ਹ ਨੂੰ ਜਦੋਂ ਫਲਾਈਟਾਂ ਖੁੱਲ੍ਹ ਗਈਆਂ ਸਾਰਾ ਕੁਝ ਹੋ ਗਿਆ ਰਸ਼ ਵੀ ਇਸ ਤਰੀਕੇ ਦੇ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਿਰ ਲੋਕਾਂ ਨੇ ਇੱਦਾਂ ਗੱਲਾਹਾ ਲਾਉਣਾ ਕਿ ਆਸਟ੍ਰੇਲੀਆ ਨੂੰ ਹੀ ਹੋ ਜਾਓ ਕੱਲ੍ਹ ਦਾ ਦਿਨ ਖਰੇ ਚੜ੍ਹਨਾ ਕਿ ਨਹੀਂ ਚੜ੍ਹਨਾ ਕਿ ਆਸਟ੍ਰੇਲੀਆ ਦੁਬਾਰਾ ਬੰਦ ਹੋ ਜਾਣਾ ਸੋ ਅੱਜ ਵੀਜ਼ੇ ਲੱਗਦੇ ਪਏ ਅੱਜ ਅਪਲਾਈ ਕਰ ਦਿਓ ਤੁਸੀਂ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਚੰਗਾ ਸਕੋਰ ਹੈਗਾ ਵੈ ਪਰਸੈਂਟੇਜ ਠੀਕ ਹੈ ਕਿਉਂਕਿ ਗੈਪ ਨਹੀਂ ਚੱਲਣਾ ਆਸਟ੍ਰੇਲੀਆ ਦੇ ਵਿੱਚ ਘੱਟ ਨੰਬਰ ਨਹੀਂ ਚੱਲਦੇ ਆਰਟਸ ਵਾਲਾ ਸਟੂਡੈਂਟ ਨਹੀਂ ਚੱਲਦਾ ਉਹਨਾਂ ਦੀ ਆਪਣੀਆਂ ਸ਼ਰਤਾਂ ਚੰਗਾ ਬੱਚਾ ਲੈ ਕੇ ਉਹਨਾਂ ਨੇ ਅੱਗੋਂ ਐਡਮਿਸ਼ਨ ਦੇਣੀ ਹੈ ਸੋ ਤੁਹਾਡੇ 6 ਬੈਂਡ ਓਵਰਆਲ ਨੇ 5.5 ਬੈਂਡ ਓਵਰਆਲ ਨੇ ਸਿੰਗਲ ਜਾਣਾ ਚਾਹੁੰਦੇ ਹੋ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਆਪਣੇ ਡਾਕੂਮੈਂਟ ਚੁੱਕੋ ਵਿਜ਼ਿਟ ਕਰੋ ਹਰ ਪ੍ਰੋਫਾਈਲ ਵੱਖਰਾ ਮੈਂ ਅੱਗੇ ਵੀ ਬੜੀ ਵਾਰੀ ਕਿਹਾ ਤੁਹਾਡਾ ਪ੍ਰੋਫਾਈਲ ਤੁਹਾਡੇ ਲੈਵਲ ਤੇ ਤੁਹਾਡੇ ਸਾਹਮਣੇ ਜਦੋਂ ਅਸੈਸ ਹੋਊਗਾ ਤੁਹਾਨੂੰ ਆਪਸ਼ਨਸ ਦੱਸੀਆਂ ਜਾਣਗੀਆਂ ਕਿਹੜਾ ਕੋਰਸ ਕਿਹੜੀ ਕਾਲਜ ਕਿਹੜੀ ਯੂਨੀਵਰਸਿਟੀ ਕਿਹੜੀ ਸਿਟੀ ਵਿੱਚ ਤੁਸੀਂ ਜਾ ਕੇ ਪੜ੍ਹਾਈ ਕਰ ਸਕਦੇ ਹੋ ਬਟ ਵੀਜ਼ੇ ਲੱਗਦੇ ਪਏ ਆ ਇਹ ਚਾਂਸ ਨਾ ਗਵਾ ਲਿਓ ਕੱਲ੍ਹ ਨੂੰ ਜਦੋਂ ਬਹੁਤ ਜ਼ਿਆਦਾ ਰਸ਼ ਹੋ ਗਿਆ ਉਦੋਂ ਧੜਾਧੜ ਜਿੱਡੀ ਸਪੀਡ ਨਾਲ ਵੀਜ਼ੇ ਆਉਂਦੇ ਉੱਡੀ ਸਪੀਡ ਨਾਲ ਰਿਫਿਊਜ਼ ਲਾਉਣੀਆਂ ਸ਼ੁਰੂ ਹੋ ਜਾਣ ਜੀ ਸੋ ਓਮ ਗਲੋਬਲ ਤੋਂ ਪੁਨੀਤ ਖੰਨਾ ਸਾਡੇ ਸਟੂਡੀਓ ਵਿੱਚ ਆਏ ਸਾਨੂੰ ਜਾਣਕਾਰੀ ਦਿੱਤੀ ਜਿਹੜੇ ਦਰਸ਼ਕਾਂ ਜਾਣਕਾਰੀ ਮਿਸ ਕਰ ਦਿੱਤੀ ਉਹਨਾਂ ਨੂੰ ਸ਼ਾਰਟਸ ਦੱਸ ਦਿੰਦੇ ਆ ਤੁਸੀਂ ਆਪਣੇ ਬੱਚੇ ਨੂੰ ਯੂਕੇ ਭੇਜਣਾ ਚਾਹੁੰਦੇ ਹੋ ਦੁਬਾਰਾ ਸੁਣ ਲਓ ਆਪਣੇ ਬੱਚੇ ਯੂਕੇ ਭੇਜਣਾ ਚਾਹੁੰਦੇ ਹੋ 2017-18-19-20 ਪਾਸ ਆ 2017-18-19-20 ਪਾਸ ਦਾ ਮਤਲਬ ਪਾਸ ਆ 50-55% ਨੰਬਰਾਂ ਪਾਸ ਆ ਆਇਲਸ ਨਹੀਂ ਕੀਤੀ ਡਜ਼ਨਟ ਮੈਟਰ ਸਾਲ 2 ਸਾਲ ਦਾ ਗੈਪ ਆ ਕੋਈ ਪ੍ਰੋਬਲਮ ਨਹੀਂ ਅੰਗਰੇਜ਼ੀ 40-45% ਨੰਬਰ ਆ ਵੈਲਕਮ ਆ ਜੀ ਤੁਸੀਂ ਯੂਕੇ ਜਾ ਸਕਦੇ ਹੋ ਲੰਡਨ 'ਚ ਜਾਓਗੇ ਘੱਟ ਫੀਸ 'ਚ ਜਾਓਗੇ ਇੱਕ ਵਾਰ ਆਫਰ ਲੈਟਰ ਨਹੀਂ ਆ ਰਹੀ 1-2 ਦਿਨ 'ਚ ਆਫਰ ਲੈਟਰ ਵੀ ਆ ਜਾਏਗੀ ਸਭ ਤੋਂ ਵੱਡੀ ਗੱਲ ਆ ਜੇ ਤੁਹਾਨੂੰ ਕਿਸੇ ਚੀਜ਼ ਦਾ ਇੰਟਰਵਿਊ ਦਾ ਡਰ ਆ ਤਾਂ ਇਹਨਾਂ ਦੀ ਟੀਮ ਵੱਲੋਂ ਇੰਟਰਵਿਊ ਦੀ ਪ੍ਰਿਪਰੇਸ਼ਨ ਵੀ ਕਰਵਾਈ ਜਾਏਗੀ ਪੈਸੇ ਐਡਵਾਂਸ ਨਹੀਂ ਦੇਣੇ ਕਨੇਡਾ ਜਾਣਾ ਚਾਹੁੰਦੇ ਹੋ ਓਵਰਆਲ 6 ਬੈਂਡ 1-5 ਬੈਂਡ ਹੈ ਮੋਂਟਰੀਅਲ ਕਿਊਬੈਕ ਓਨਟਾਰੀਓ ਕਿਤੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਕਿਊਬੈਕ ਦੇ 10 ਕਾਲਜਾਂ 'ਚ ਫੀਸ ਫਸ ਗਈ ਹੈ ਜਿੱਦਾਂ CAQ ਸਸਪੈਂਡ ਹੋਈ ਹੈ ਉਹਦੀ ਹੈਲਪ ਚਾਹੁੰਦੇ ਹੋ ਬਿਨਾਂ ਕੋਈ ਪੈਸਾ ਲਏ ਹੈਲਪ ਵੀ ਕੀਤੀ ਜਾਊਗੀ ਫੀਸ ਵੀ ਬਣਵਾ ਕੇ ਦਿੱਤੀ ਜਾਊਗੀ ਔਰ ਚੰਗੇ ਕਾਲਜ 'ਚ ਐਡਮਿਸ਼ਨ ਵੀ ਕਰਵਾ ਕੇ ਦਿੱਤੀ ਜਾਊਗੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਓਵਰਆਲ 6 ਬੈਂਡ ਆ ਜਾਂ ਓਵਰਆਲ 5.5 ਬੈਂਡ ਆ ਇੱਕ ਮੋਡਿਊਲ 'ਚੋਂ 5 ਬੈਂਡ ਆ ਆਸਟ੍ਰੇਲੀਆ ਵੀ ਜਾ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਆਪਣਾ ਜਿਹੜਾ ਪ੍ਰੋਫਾਈਲ ਆ ਉਹ ਡਿਸਕਸ ਕਰਨਾ ਚਾਹੁੰਦੇ ਹੋ 9-1-61-9-1-67 ਨੰਬਰ 'ਤੇ ਕਾਲ ਕਰ ਸਕਦੇ ਹੋ 9-2-1-6-1-9-2-1-6-7 ਸੋ ਆਓ ਕੁਛ ਇੱਕ ਬੱਚੇ ਨਾਲ ਮਿਲਾ ਦੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋ ਗਲੋਬਲ ਰਾਹੀਂ ਖਾਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਹੈ ਮੈਂ ਖਿਆਲਗੜਾ ਤੋਂ ਰਹਿਣ ਵਾਲਾ ਅਤੇ ਮੈਂ ਓਮ ਗਲੋਬਲ ਦਾ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਅਤੇ ਮੇਰਾ ਵੀਜ਼ਾ ਆ ਗਿਆ ਮੈਂ ਬਹੁਤ ਖੁਸ਼ ਹਾਂ ਅਤੇ ਜਿਨ੍ਹਾਂ ਨੂੰ ਵੀ ਵੀਜ਼ੇ ਦੀ ਲੋੜ ਆ ਅਤੇ ਓਮ ਗਲੋਬਲ ਇੱਕ ਵਿਜ਼ਿਟ ਕਰ ਬਹੁਤ ਵਧੀਆ ਬੰਦੇ ਨੇ